ਸੁਪਰੀਮ ਕੋਰਟ ਨੇ ਅੱਜ ਚੋਣ ਆਯੋਗ ਨੂੰ ਇੱਕ ਇਤਿਹਾਸਕ ਨਿਰਦੇਸ਼ ਦਿੰਦਿਆਂ ਵੋਟਾਂ ਪਾਉਣ ਲਈ ਵਰਤੀ ਜਾਂਦੀ AVM ਮਸ਼ੀਨ 'ਚ ਕਿਸੇ ਉਮੀਦਵਾਰ ਨੂੰ ਰੱਦ ਕਰਨ ਲਈ ਇੱਕ ਵੱਖਰਾ ਬਟਨ ਲਗਵਾਉਣ ਲਈ ਕਿਹਾ। ਇਹ ਫੈਸਲਾ ਹੁਣ ਤੱਕ ਵੋਟਰ ਕਿਸੇ ਵੀ ਉਮੀਦ ਨੂੰ ਰੱਦ ਨਹੀਂ ਕਰ ਸਕਦੇ ਸਨ। ਆਮ ਤੌਰ 'ਤੇ ਪਹਿਲਾਂ ਵੋਟਰਾਂ ਨੂੰ ਕਿਸੇ ਨਾ ਕਿਸੇ ਉਮੀਦਵਾਰ ਨੂੰ ਵੋਟ ਪਾਉਣੀ ਪੈਂਦੀ ਸੀ, ਪਰ ਹੁਣ ਇਸ ਨਵੇਂ ਨਿਯਮ ਨਾਲ ਵੋਟਰ ਰਾਈਟ ਟੂ ਰਿਜੈਕਟ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਸ ਫੈਸਲੇ ਦਾ ਸਿਆਸੀ ਹਲਕਿਆਂ 'ਚ ਵੀ ਸਵਾਗਤ ਕੀਤਾ ਜਾ ਰਿਹਾ ਹੈ। ਰਸ਼ਪਾਲ, ਇਸ ਫੈਸਲੇ 'ਤੇ ਕੀ ਤੁਹਾਡਾ ਕਹਿਣਾ ਹੈ? ਕਿਵੇਂ ਦਾ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਖੁਸ਼ੀ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈ? ਦੇਖੋ, ਰਾਈਟ ਟੂ ਰਿਜੈਕਟ ਦਾ ਜਿਹੜਾ ਡਿਮਾਂਡ ਸੀ ਉਹ ਨਾ ਅਦਾਰੇ ਨੇ ਕੀਤੀ ਸੀ। ਉਹ ਦਿੱਲੀ ਵਿੱਚ ਪ੍ਰੋਟੈਸਟ ਕਰ ਰਹੇ ਸੀ ਕਿ ਇੱਕ ਐਸਾ, ਪਹਿਲੇ ਤਾਂ ਉਹਨਾਂ ਦਾ ਜਿਹੜਾ ਪ੍ਰੋਟੈਸਟ ਸੀ ਉਹ ਇਹ ਸੀਗਾ ਕਿ ਇੱਥੇ ਲੋਕ ਆਯੁਕਤ ਤੇ ਜਿਹੜੇ ਕਰਪਸ਼ਨ ਹੈ ਉਹਨੂੰ ਖਤਮ ਕਰਨ ਵਾਸਤੇ ਜਿਹੜਾ ਲਿਆਂਦਾ ਜਾ ਰਿਹਾ ਸੀ ਉਹਦੇ ਤੇ ਸੀਗਾ। ਔਰ ਦੂਜਾ ਉਹਨਾਂ ਦੀ ਡਿਮਾਂਡ ਸੀ ਕਿ ਅਗਰ ਪੋਲੀਟੀਕਲ ਰਿਫੋਰਮਸ ਲਿਆਣੇ ਨੇ, ਰਾਈਟ ਟੂ ਰਿਜੈਕਟ ਜਿਹੜਾ ਹੈ ਉਹ ਇੱਕ ਅਹਿਮ ਹੱਕ ਜਿਹੜਾ ਹੋਣਾ ਚਾਹੀਦਾ ਵੋਟਰ ਨੂੰ। ਔਰ ਅੱਜ ਸੁਪਰੀਮ ਕੋਰਟ ਨੇ ਉਸ ਤੇ ਮੋਹਰ ਲਗਾ ਦਿੱਤੀ ਔਰ ਆਦੇਸ਼ ਦਿੱਤਾ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜਾ ਰਾਈਟ ਟੂ ਰਿਜੈਕਟ ਹੈ ਉਹ ਇੰਪਲੀਮੈਂਟ ਕੀਤਾ ਜਾਏ, ਵੋਟਿੰਗ ਮਸ਼ੀਨ ਵਿੱਚ ਇੱਕ ਐਸਾ ਬਟਨ ਪ੍ਰੋਵਾਈਡ ਕੀਤਾ ਜਾਏ ਜਿਹੜਾ ਵੋਟਰ ਨੂੰ ਇਹ ਹੱਕ ਦਿੰਦਾ ਹੋਏ ਕਿ ਅਗਰ ਉਹਨੂੰ ਕੋਈ ਵੀ ਜਿਹੜਾ ਉਮੀਦਵਾਰ ਹੈ ਉਹ ਪਸੰਦ ਨਹੀਂ ਹੈ ਤਾਂ ਉਹ ਆਪਣਾ ਵੋਟ ਜਿਹੜਾ ਉਹ ਰਿਜੈਕਟ ਕਰ ਸਕਦਾ, ਕਿਸੇ ਨੂੰ ਵੀ ਨਹੀਂ ਦੇ ਸਕਦਾ। ਇਸ ਨੂੰ ਦੇਖਦੇ ਹੋਏ ਜਿਹੜੀਆਂ ਨੇ ਉਹ ਅੱਛੀਆਂ ਆ ਰਹੀਆਂ ਨੇ, ਪੋਲੀਟੀਕਲ ਪਾਰਟੀਜ਼ ਨੇ ਅਜੇ ਤੱਕ ਕਿਸੇ ਨੇ ਖੰਡਨ ਨਹੀਂ ਕੀਤਾ ਇਸ ਚੀਜ਼ ਵਾਸਤੇ, ਲੇਕਿਨ ਇਹ ਜ਼ਰੂਰ ਕਿ ਇਹ ਜਿਹੜੀ ਨਵਾਂ ਨਿਰਦੇਸ਼ ਹੈ ਇਲੈਕਸ਼ਨ ਕਮਿਸ਼ਨ ਨੂੰ, ਇਹ ਇੱਕ ਰਿਫੋਰਮ ਦਾ ਜ਼ਰੂਰ ਕੰਮ ਕਰੇਗਾ ਇੰਡੀਅਨ ਇਲੈਕਸ਼ਨ ਜਿਹੜਾ ਮੈਕਨਿਜ਼ਮ ਹੈ ਉਸਦੇ ਵਿੱਚ, ਔਰ ਇਸਦਾ ਇੰਪੈਕਟ ਜਿਹੜਾ ਹੋ ਸਕਦਾ ਹੈ ਅਗਰ 2014 ਦੀ ਇਲੈਕਸ਼ਨ ਵਿੱਚ ਇਹ ਅਗਰ ਪ੍ਰੋਵਾਈਡ ਕੀਤਾ ਜਾਏਗਾ ਫੈਸਿਲਿਟੀ ਵੋਟਰਸ ਨੂੰ, ਸ਼ਾਇਦ ਇਸਦੇ ਜਿਹੜੇ ਰਿਜ਼ਲਟਸ ਨੇ ਉਹ ਇਹ ਆਖਰੀ ਟਾਈਮ ਵਿੱਚ ਕੁਛ ਐਸੇ ਇੰਡੀਕੇਸ਼ਨ ਨੇ ਜਿਸਦੇ ਨਾਲ ਮੇਜਰ ਰਿਫੋਰਮਸ ਜਿਹੜੇ ਨੇ ਉਹ ਇਲੈਕਸ਼ਨ ਪ੍ਰੋਸੈਸ ਵਿੱਚ ਆ ਸਕਦੇ ਨੇ। ਜੀ ਜੀ ਜੀ, ਧੰਨਵਾਦ ਰਸ਼ਪਾਲ ਤੁਹਾਡਾ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਿਆਸੀ ਹਲਕਿਆਂ 'ਚ ਵੀ ਸਵਾਗਤ ਕੀਤਾ ਜਾ ਰਿਹਾ ਹੈ। ਔਰ ਸੁਣਦੇ ਹਾਂ ਸਿਆਸੀ ਆਗੂਆਂ ਦਾ ਕੀ ਕਹਿਣਾ ਹੈ। ਜਹਾਂ ਤੱਕ ਸਵਾਲ ਹੈ ਰਾਈਟ ਟੂ ਰਿਜੈਕਟ ਔਰ ਰਾਈਟ ਟੂ ਰਿਕਾਲ, ਇਹ ਤਮਾਮ ਐਸੇ ਬਹੁਤ ਪੇਚੀਦਾ ਸਵਾਲ ਹੈ ਜਿਸ ਪਰ ਕਿ ਬਾਰ ਬਾਰ ਚਰਚਾ ਹੋਤੀ ਰਹੀ ਹੈ ਔਰ ਸਰਕਾਰ ਦੁਆਰਾ ਗਠਿਤ ਵਿਭਿੰਨ ਜੋ ਕਮੇਟੀਆਂ ਹੈ ਉਹਨਾਂ ਨੇ ਆਪਣੀ ਰਿਪੋਰਟ ਦੀ ਹੈ ਜੋ ਇਲੈਕਟ੍ਰੋਲ ਰਿਫਾਰਮ ਸੇ ਸੰਬੰਧਿਤ ਹੈ। ਹਮਾਰੀ ਪਾਰਟੀ ਨੇ ਵੀ ਇਸ ਸੰਬੰਧ ਮੇਂ ਸਰਕਾਰ ਕੋ ਸੁਝਾਓ ਦਿਆ ਹੈ ਔਰ ਕਈ ਅਨਿਯ ਸੁਝਾਉ ਹੈ। ਇਸਕੇ ਲਈ ਸਭਸੇ ਮਹੱਤਵਪੂਰਨ ਹੈ ਕਿ ਚੁਣਾਵ ਸੁਧਾਰ ਕੀ ਦਿਸ਼ਾ ਮੇਂ ਤਤਕਾਲ ਸਰਕਾਰ ਕੋ ਪ੍ਰਾਥਮਿਕਤਾ ਕੇ ਆਧਾਰ ਪਰ ਕਦਮ ਉਠਾਨੇ ਚਾਹੀਏ ਔਰ ਆਜ ਜੋ ਹੈ ਵੋ ਚੁਣਾਵ ਸੁਧਾਰ ਇੱਕ ਵਕਤ ਕੀ ਬਹੁਤ ਨਾਜ਼ੁਕ ਜ਼ਰੂਰਤ ਹੈ। ਜਹਾਂ ਤੱਕ ਸੁਪਰੀਮ ਕੋਰਟ ਕੇ ਫੈਸਲੇ ਕਾ ਸਵਾਲ ਹੈ ਵੋ ਪੂਰਾ ਅਧਿਐਨ ਕਰਨੇ ਕੇ ਬਾਅਦ ਹੀ ਉਸ ਪੇ ਕੁਛ ਕਹਾ ਜਾ ਸਕਤਾ ਹੈ, ਲੇਕਿਨ ਜਹਾਂ ਤੱਕ ਸਵਾਲ ਹੈ ਰਾਈਟ ਟੂ ਰਿਕਾਲ ਔਰ ਰਾਈਟ ਟੂ ਰਿਜੈਕਟ ਕਾ, ਉਸ ਮੇਂ ਕਈ ਪੇਚੀਦਗੀ ਹੈ ਔਰ ਕਈ ਸਵਾਲ ਵੀ ਹੈ ਉਸ ਮੇਂ। नहीं, जयप्रकाश नारायण के आंदोलन में भी ये मांग राइट टू रिजेक्ट की उठी थी। अब जब देश में एक तबका फेसबुक के जरिए, ट्विटर के जरिए राजनीति के अपराधीकरण के, राजनीति के भ्रष्टाचारकरण के खिलाफ जो संघर्षरत है, चाहे वो ट्वीट पे हो चाहे फेसबुक पे हो, उनको भी अपनी इस राय को जाहिर करने का मौका मिलेगा कि वो किसी उम्मीदवार को रिजेक्ट करके रिजेक्ट का निशान भी लगा सके। इसलिए सुप्रीम कोर्ट के इस फैसले का हम स्वागत करते हैं। समाज के एक तबके को ये अधिकार भी होना चाहिए कि हम अपनी पसंद को रिजेक्ट के जरिए जाहिर कर सकें। त्या हुण सुनदे हां अरविंद केजरीवाल दा इस मामले ते की कहना है। लेट बीजेपी आल्सो डू इट सुओ मोटो, व्हाई आर दे वेटिंग फॉर ए लॉ? लेट देम डिक्लेयर that in the forthcoming assembly elections, in the forthcoming Lok Sabha elections, BJP will not put up any tainted candidates. But they say something else and do something else. Abhi Mayawati ji ne kaha hai ki wo khilaf ordinance ke yahi pe kaha hai ki wo
देखिए बहुत अच्छी बात है, आज तो सारी पार्टियां और पार्टी के बहुत सारे लोग, कांग्रेस पार्टी के भी लोग ये कहने लगे हैं कि वो खिलाफ हैं, भाजपा भी कह रही है कि वो खिलाफ है, जबकि जब ऑल पार्टी मीटिंग हुई थी इन लोगों की इसी कानून के बारे में, तब सब सहमत हो गए थे कि भाई हाँ ऐसा कानून आना चाहिए। अब भाजपा ये कह रही है कि ऑर्डिनेंस के जरिए नहीं आना चाहिए, बसपा भी ये कह रही है। अब जब पब्लिक ओपिनियन देखकर, इतना जबरदस्त पब्लिक ओपिनियन इसके खिलाफ बनी है, उसको देखकर सब लोग कहने लगे हैं, लेकिन ऑल पार्टी मीटिंग में तो ज्यादातर ये पार्टियां तैयार हो गई थी। देखिए कैमरा के सामने वो कुछ और बोलते हैं और अंदर जाके कुछ और करते हैं, किसी से पूछ लीजिए वो कहेंगे हाँ जी लोकपाल बिल तो आना चाहिए, लोकपाल बिल तो आना, पर 40 साल हो गए आम सहमति नहीं बनती लोकपाल बिल पे। आरटीआई के जजमेंट को अगर खत्म करना हो तब इनकी सबकी आम सहमति बन जाती है, लेकिन अभी आप पूछ लो कैमरा पे वो कहेंगे जी आरटीआई तो होना चाहिए, आरटीआई तो होने, पारदर्शिता तो होनी चाहिए, राजनीति तो साफ होनी चाहिए। तो करनी और कथनी में बहुत बड़ा फर्क है। मैं उनसे सारी पार्टियों से ये चैलेंज करता हूं कि जिनकी नीयत साफ है वो आज ये डिक्लेयर करें कि आने वाले किसी भी चुनाव में किसी भी दागी और भ्रष्टाचारी व्यक्ति को टिकट नहीं देंगे। अगर वो ऐसा नहीं करते तो लोगों को उनकी नीयत पे शक होगा। नहीं, और ये भी फैसला करें, ये भी डिक्लेयर करें कि ये राइट टू रिजेक्ट को कानून में लाएंगे और चुनाव फिर से करवाएंगे। हाँ, अगर राइट टू रिजेक्ट को मेजोरिटी मिले, कि सब लोग ये अगर ये इस पर प्रतिबद्ध हैं तो तुरंत इस पर ऑर्डिनेंस ले आए, इस पर किसी को ऑर्डिनेंस पर कोई इतराज नहीं होगा कि अगर चुनाव आने वाले, हाँ चुनाव वाले आने इस पे ऑर्डिनेंस नहीं लाएंगे, इस पे ऑर्डिनेंस ले आए भाई, सुप्रीम कोर्ट के जजमेंट का सारी पार्टियां स्वागत कर रही हैं, तो इस पे ऑर्डिनेंस ले आए भाई, अगर नन ऑफ द अबव के ऊपर अगर मेजोरिटी आई तो वो चुनाव कैंसिल कर दिया जाएगा। देखिए सारा देश स्वागत करेगा इनका, उस पे नहीं लाएंगे ऑर्डिनेंस। दागी लोगों को संसद के अंदर उनकी मेंबरशिप और सदस्यता बरकरार रहे, इस पे ऑर्डिनेंस ले आएंगे, और फिर कुछ पार्टियां बाहर आके कहेंगी हम इसका विरोध करते, अंदर सबकी सेटिंग हो गई है। बहुत बहुत शुक्रिया। खबरां दी दुनिया विच आओ, साडे नाल कदी भी ते कितों भी जुड़ो। आपां मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।